ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ 1 ਅਪ੍ਰੈਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਇਹ ਚੀਜ਼ਾਂ ਤੇ ਲੋਕਾਂ ਦੀਆਂ ਜੇਬਾਂ ਹੋਣਗੀਆਂ ਢਿੱਲੀਆਂ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿੰਦੇ ਨਾਲ ਇਹਨਾਂ ਨਾਲ ਜਿੰਨਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੈ ਤੁਸੀਂ ਇੱਥੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਇੱਕ ਪਾਸੇ ਜਿੱਥੇ ਪਟੋਲ ਦੇ ਡੀਜ਼ਲ ਦੀਆਂ ਨਿੱਤ ਵੜਦੀਆਂ ਜਾ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੁੱਕ ਦौरा ਕੀਤਾ ਹੋਇਆ ਹੈ ਉੱਥੇ ਆਉਂਦੇ 1 April ਤੋਂ ਦੁੱਧ, 에어 ਕੰਡੀਸ਼ਨਰ ਅੱਖੇ ਟੀਵੀ smartphones ਵੀ ਮਹਿੰਗੇ ਹੋਣ ਜਾ ਰਹੇ ਹਨ ਇਸ ਤੋਂ ਇਲਾਵਾ ਹਵਾਈ ਯਾਤਰਾ ਸੜਕ ਉੱਤੇ ਲੱਗਣ ਵਾਲੇ ਟੋਲ ਟੈਕਸ ਤੇ ਬਿਜਲੀ ਲਈ ਵੀ ਹੁਣ ਵਧ ਰਕਮ ਅਦਾ ਕਰਨੀ ਪਵੇਗੀ 1 April ਤੋਂ ਦੁੱਧ 3 ਰੁਪਏ ਮਹਿੰਗਾ ਹੋ ਜਾਏਗਾ ਕਿਸਾਨਾਂ ਨੇ ਕਹਿਆ ਹੈ ਕਿ ਦੁੱਧ ਦੀ ਕੀਮਤ ਵਿੱਚ ਵਾਧਾ ਕਰ ਰਹੇ ਹਨ ਉਸ ਨੂੰ 55 ਰੁਪਏ ਪ੍ਰਤੀ ਲੀਟਰ ਕਰਨਾ ਚਾਹੁੰਦੇ ਹਨ ਪਰ ਵਪਾਰੀਆਂ ਨੇ ਸਿਰ 3 ਰੁਪਏ ਵਧਾਉਣ ਦੀ ਗੱਲ ਕੀਤੀ ਹੈ ਇੰਜ 1 ਅਪ੍ਰੈਲ ਤੋਂ ਦੁੱਧ 49 ਰੁਪਏ ਪ੍ਰਤੀ ਲੀਟਰ ਦੇ ਭਾਅ 'ਚ ਮਿਲੇਗਾ ਉੱਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਉੱਤੇ ਸਫ਼ਰ ਹੋਣ ਮਹਿੰਗਾ ਹੋਣ ਜਾ ਰਿਹਾ ਹੈ ਇਹ ਸੜਕ ਉੱਤੇ ਟੋਲ ਟੈਕਸ 5 ਅਪ੍ਰੈਲ ਤੋਂ ਲੈ ਕੇ 25 ਰੁਪਏ ਤਵਾਦਾ ਕੀਤਾ ਉੱਧਰ 1 April ਤੋਂ ਬਿਹਾਰ ਵਾਸੀਆਂ ਲਈ ਬਿਜਲੀ 9 ਤੋਂ 10 ਫੀ ਸਦੀ ਦਾ ਮਹਿੰਗੀ ਹੋਣ ਜਾ ਰਹੀ ਹੈ ਜੇ ਤੁਸੀਂ ਹਵਾਈ ਯਾਤਰਾ ਕਰਦੇ ਹੋ ਤਾਂ ਕੇਂਦਰ ਸਰਕਾਰ ਨੇ ਦੇਸ਼ ਅੰਦਰ ਚੱਲਣ ਵਾਲਿਆ ਉਡਾਨੀਆਂ ਦੀ ਲੋਅਲ ਲਿਮਿਟ ਨੂੰ ਪੰਜਾਬ ਫੀ ਸਦੀ ਵਧਾਉਣ ਦਾ ਫੈਸਲਾ ਕੀਤਾ ਪਹਿਲੇ ਅਪ੍ਰੈਲ ਤੋਂ ਐਬਿਨੇਸ਼ਨ ਸਿਕਿਉਰਿਟੀ ਫੀਸ ਵੀ ਵੱਧ ਜਾਣੀ ਹੈ 1 ਅਪ੍ਰੈਲ ਤੋਂ ਇਹ 200 ਰੁਪਏ ਹੋ ਜਾਣੀ ਹੈ ਇਸ ਵੇਲੇ 160 ਰੁਪਏ ਹੈ 1 ਅਪ੍ਰੈਲ ਤੋਂ ਟੈਲੀਵਿਜ਼ਨ ਦੀ ਕੀਮਤ 2000 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਾਧਾ ਹੋਇਆ ਪਿਛਲੇ ਮਹੀਨੇ ਟੀਵੀ ਦੇ ਕੀਮਤਾਂ 3 ਤੋਂ 4000 ਰੁਪਏ ਵਾਧਾ ਹੋਇਆ ਸੀ ਉਸ ਤੋਂ ਲਾਵਾ ਏਸੀ ਫ੍ਰੀਜ ਕੋਲਰ ਤੇ ਨਾਲ ਨਾਲ ਕਾਰਾ ਵੀ ਮਹਿੰਗੀਆਂ ਹੋਣ ਜਾ ਰਹੀਆਂ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ